ਹੈਲੋ ਗਾਈਸ, ਅਸੀਂ ਤੁਹਾਡੇ ਆਰ ਆਰ ਡੀ ਬਲੌਗਰ ਸਵਾਗਤ। ਸਾਡੇ ਪਿੰਡ ਵਿਸਾਖੀ ਦਾ ਮੇਲਾ ਜੀ ਸ਼ੁਰੂ ਹੋਣ ਜਾ ਰਿਹਾ। ਆਹ ਤੁਹਾਨੂੰ ਦਿਖਾਵਾਂਗੇ ਸਾਡੇ ਭੂੰਦੜ ਪਿੰਡ ਦਾ ਮੇਲਾ। ਲਓ ਜੀ ਆਹ ਸਾਡੇ ਵਿਸਾਖੀ ਗੁਰਦੁਆਰੇ ਦੀ ਸੰਗਤ ਆ ਰਹੀਆਂ ਨੇ ਜੀ। ਆਹ ਇੱਧਰ ਜੋੜਾ ਘਰ ਆ ਗਿਆ ਜੀ, ਇੱਧਰ ਪਾਣੀ ਦੀ ਸਪੀਡ ਚੱਲਦੀ ਹੈ ਜੀ। ਅਸੀਂ ਅੱਜ ਪਹਿਲਾਂ ਆ ਗਏ, ਸਾਡਾ ਮੇਲਾ ਸ਼ੁਰੂ ਹੋ ਰਿਹਾ। ਆਹ ਜੀ ਇਤਿਹਾਸ ਹੈ ਜੀ ਇੱਥੋਂ ਸਾਡੇ ਪਿੰਡ ਦਾ ਜੀ। ਅਸੀਂ ਨਾ ਪਿੰਡ ਭੂੰਦੜ ਦੀ ਵਿਸਾਖੀ ਤੇ ਆਏ ਸੀਗੇ, ਤੇ ਇੱਧਰ ਇੱਕ ਨਾ ਵੱਖਰਾ ਜਿਹਾ ਮੈਨੂੰ ਕੋਈ ਸਿਸਟਮ ਜਿਹਾ ਲੱਗਿਆ। ਮੈਂ ਵੀ ਆਖਿਆ ਇੱਧਰ ਇਕੱਠ ਕਿਵੇਂ ਹੋਇਆ ਪਿਆ ਬੱਚਿਆਂ ਦਾ, ਤੇ ਇਹਦੇ ਵਿੱਚ ਜਦੋਂ ਆ ਕੇ ਦੇਖਿਆ ਮੈਂ ਇੱਥੇ ਨਾ ਲੰਗਰ ਲੱਗਿਆ ਵਾ, ਸਾਰਾ ਲੰਗਰ ਲੱਗਿਆ ਵਾ। ਇਹ ਨੀਗਾ ਵੀ ਛੋਲੇ ਪੂੜੀਆਂ ਦਾ ਲੱਗਿਆ ਹੋਇਆ, ਪਰ ਵੱਖਰਾ ਲੰਗਰ ਲੱਗਿਆ ਵਾ, ਸਾਰਾ ਲੰਗਰ ਫ੍ਰੀ, ਲੰਗਰ ਕਿਤਾਬਾਂ ਦਾ। ਆਓ ਆਪਾਂ ਦੇਖਦੇ ਹਾਂ ਵੀ ਕੀ ਕਰ ਰਹੇ ਨੇ। ਮੈਨੂੰ ਬਾਈਆਂ ਦਾ ਇਹ ਕੰਮ ਪਹਿਲੀ ਵਾਰ ਦੇਖਿਆ ਮੇਲੇ ਦੇ ਵਿੱਚ ਇਹੋ ਜਿਹਾ ਕੰਮ। ਤੇ ਨਹੀਂ ਮੈਂ ਮੇਲਿਆਂ ਦੇ ਵਿੱਚ ਆਪਾਂ ਦੇਖਦੇ ਜੀ ਮਾਂ ਚੱਲੀ ਜਾਂਦਾ ਜਾਂ ਰੇੜੀਆਂ ਲੱਗੀਆਂ ਵਾ ਹਨਾ ਜੀ, ਕੁਲਫੀਆਂ ਦਾ, ਤੇ ਇੱਧਰ ਲੋਕ ਖੇਡੀ ਜਾਂਦੇ ਨੇ। ਪਰ ਆ ਇਹਨਾਂ ਨਾਲ ਵੱਖਰਾ ਕੰਮ ਹੈਗਾ ਵੀਰਾਂ ਨਾਲ, ਜੋ ਇਹਨਾਂ ਦੇਖਦਿਆਂ ਸੰਸਥਾ ਬੜੀ ਘੈਂਟ ਹੈ ਇਹਨਾਂ ਦੀ। ਬੀਬੀ ਹਰਸ਼ਾਨਪੁਰ ਸੇਵਾ ਸੁਸਾਇਟੀ ਅਤੇ ਗੁਰੂ ਹਰਗੋਬਿੰਦ ਗੱਤਕਾ ਖਾਲਾ ਭੂੰਦੜ ਦੀ, ਤੇ ਬਹੁਤ ਬਹੁਤ ਇਹਨਾਂ ਦਾ ਮੈਨੂੰ ਵੀਰਾਂ ਦਾ ਕੰਮ ਨਾ ਬਹੁਤ ਵਧੀਆ ਲੱਗਿਆ। ਆਹ ਦੇਖੋ ਇਹਦੇ ਵਿੱਚ ਬੱਚੇ ਦਾ ਸਵਾਲ ਪੁੱਛੇ ਜਾ ਰਹੇ ਆ ਜੀ। ਆਹ ਦੇਖੋ ਇਹ ਪੁੱਛ ਰਹੇ ਨੇ, ਇਹ ਵੀਰ ਬੱਚਿਆਂ ਨੂੰ ਸਵਾਲ ਪੁੱਛ ਰਹੇ ਨੇ। ਜੋ ਵੀ ਬੱਚੇ ਸਵਾਲ ਦਾ ਜਵਾਬ ਦਿੰਦੇ ਨੇ, ਚਾਰ ਪੰਜ ਜਵਾਬ ਦਿੰਦੇ ਨੇ। ਬਾਬਾ ਗੁਰਜੀ ਜੀ ਉਹਨਾਂ ਦੇ ਕਿੰਨੇ ਪੁੱਤਰ ਸੀ? ਠੀਕ ਹੈ ਬੇਟਾ, ਬਹੁਤ ਬਹੁਤ ਧੰਨਵਾਦ। ਸੋ ਆਹ ਦੇਖੋ ਜੀ, ਇਹ ਬੱਚੇ ਨੇ ਸਵਾਲਾਂ ਦੇ ਜਵਾਬ ਦਿੱਤੇ, ਇਹਨੂੰ ਨਾਮ ਦਿੱਤਾ ਗਿਆ, ਇਹਨੂੰ ਪੈਨ ਦਿੱਤਾ ਗਿਆ। ਸੋ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਆਹ ਦੇਖੋ ਜੀ, ਬਹੁਤ ਵਧੀਆ ਕਿਤਾਬਾਂ ਗਿਆ ਇਹਦੇ ਵਿੱਚ, ਬਹੁਤ ਵਧੀਆ ਪਹਿਲੀ ਵਾਰ ਦੇਖਿਆ ਜੀ ਮੇਲੇ ਤੇ, ਇਹੋ ਜਿਹਾ ਵੱਖਰਾ ਹੀ ਕੰਮ ਗਿਆ ਪਹਿਲੀ ਵਾਰ ਦੇਖਿਆ ਵੀਰਾਂ ਦਾ ਜੀ। ਸੋ ਇਹ ਸੰਸਥਾ ਬਣੀ ਹੋਈ, ਉਹ ਦੇਖੋ ਬੈਨਰ ਲੱਗਿਆ ਹਰਸ਼ਾਨਪੁਰ ਸੇਵਾ ਸੁਸਾਇਟੀ ਭੈਣਾਂ ਦੀ ਪਿੰਡ ਭੂੰਦੜ ਦੀ ਬਣੀ ਹੋਈ ਜੀ। ਇਹਦੇ ਵਿੱਚ ਕੀ ਕਰ ਰਹੇ ਨੇ ਜੀ? ਇਹਦੇ ਵਿੱਚ ਬੱਚਿਆਂ ਨੂੰ ਪੰਡ ਚਲੋ ਵੀ ਗੁਰਬਾਣੀ ਦੇ ਨਾਲ ਜੋੜ ਰਹੇ ਨੇ। ਆਹ ਦੇਖੋ ਜੀ, ਕਿਸੇ ਵੀਰ ਭਾਈ ਨੇ ਸੰਬੰਧ ਪਾਉਣਾ, ਸੰਬੰਧ ਵੀ ਪਾ ਸਕਦੇ ਤੁਸੀਂ ਜੀ। ਇਹ ਜਿਹੜਾ ਵੀ ਸੰਬੰਧ ਦਾ ਪੈਸਾ ਉਹਨਾਂ ਸਾਰੇ ਬੱਚਿਆਂ ਤੇ ਲੱਗ ਰਿਹਾ, ਬੱਚੇ ਕੀਰਤਨ ਕਰਦੇ ਨੇ। ਸੰਸਥਾ ਬਹੁਤ ਵਧੀਆ ਜੀ, ਬਹੁਤ ਵਧੀਆ ਕੰਮ ਉਪਰਾਲਾ ਕਰ ਰਹੇ ਨੇ। ਸੋ ਆਪਾਂ ਅੱਗੇ ਵੀ ਹੋਰ ਵੀ ਚੀਜ਼ਾਂ ਦਿਖਾਵਾਂਗੇ, ਮੇਲਾ ਬਹੁਤ ਭਰਿਆ ਵਾ ਜੀ, ਤੁਹਾਨੂੰ ਸਾਰਾ ਮੇਲਾ ਦਿਖਾਵਾਂਗੇ। ਮੇਲੇ ਦੇ ਵਿੱਚ ਬਹੁਤ ਹੀ ਵਧੀਆ ਵਧੀਆ ਖਾਸੀਅਤ ਚੀਜ਼ਾਂ ਨੇ ਜਿਹੜੀਆਂ ਦਿਖਾਵਾਂਗੇ ਤੁਹਾਨੂੰ ਜੀ। ਆਓ ਜੀ, ਕਾਲੇ ਆਲੇ
ਓ ਜੰਪ ਮਾਰੀ ਓਏ ਇੰਦਰ ਲਓ ਸਰ ਓਏ ਹਾਂਜੀ ਵੀਰ ਜੀ ਅੱਜ ਇੱਥੇ ਕੀ ਲੈਣ ਵਾਸਤੇ ਕੀ ਦਿਹਾੜਾ ਮਨਾਉਂਦੇ ਆ।